ਆਜ਼ਾਦੀ ਦੀ 75ਵੀਂ ਸਾਲਗਿਰਾਹ ਨੂੰ ਲੈ ਕੇ ਘਰ ਘਰ ਤਿਰੰਗਾ ਮੁਹਿੰਮ ਦੇ ਤਹਿਤ ਅੱਜ ਹੁਸ਼ਿਆਰਪੁਰ ਦੇ ਵਿੱਚ ਤਿਰੰਗਾ ਯਾਤਰਾ ਕੱਢੀ ਗਈ। ਹੁਸ਼ਿਆਰਪੁਰ ਸਾਰੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦੇ ਪਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਹਾਂ ਅਤੇ ਅੱਜ ਦੇ ਮੋਦੀ ਜੀ ਦੇ ਆਹਵਾਨ 'ਤੇ ਤਿਰੰਗਾ ਯਾਤਰਾ ਕੱਢੀ ਗਈ ਜਿਸ ਵਿੱਚ ਸਾਡੇ ਪੰਜਾਬ ਦੇ ਪ੍ਰਧਾਨ ਡਾਕਟਰ ਰਮਨ ਕੇ ਜੀ ਅਤੇ ਹਿਮਾਚਲ ਪ੍ਰਦੇਸ਼ ਦੇ ਪ੍ਰਭਾਰੀ ਅਵਿਨਾਸ਼ ਰਾਏ ਖੰਨਾ ਜੀ ਮੁੱਖ ਤੌਰ 'ਤੇ ਸ਼ਾਮਿਲ ਹੋਏ ਅਤੇ ਮੈਂ ਸਾਰੇ ਵਰਕਰਾਂ ਦਾ ਦਿਲੋਂ ਧੰਨਵਾਦੀ ਕਰਦਾ ਹਾਂ ਜਿਨ੍ਹਾਂ ਨੂੰ ਇੱਕ ਸ਼ੋਰਟ ਟਾਈਮ ਦੇ ਵਿੱਚ ਤਿਰੰਗਾ ਯਾਤਰਾ ਰੱਖੀ ਸੀ ਅਤੇ ਸਾਰੇ ਵਰਕਰਾਂ ਨੇ ਆਪਣਾ ਹੁੰਮ ਹੁਮਾ ਕੇ ਹੁੰਗਾਰਾ ਦਿੱਤਾ। ਭਾਰਤ ਮਾਨਣੀਆ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਆਹਵਾਨ 'ਤੇ ਜੋ ਕਿ ਆਜ਼ਾਦੀ ਦਾ ਅਸੀਂ 75ਵਾਂ ਅੰਮ੍ਰਿਤ ਮਹੋਤਸਵ ਮਨਾ ਰਹੇ ਹਾਂ, ਇਸ ਆਹਵਾਨ 'ਤੇ 13 ਤੋਂ ਲੈ ਕੇ 15 ਤੱਕ ਉਹਨਾਂ ਨੇ ਆਹਵਾਨ ਕੀਤਾ ਕਿ ਅਲੱਗ ਅਲੱਗ ਹਰ ਕੋਈ ਤਿਰੰਗਾ ਯਾਤਰਾ ਕੱਢੇ ਔਰ ਆਪਣੇ ਘਰਾਂ 'ਤੇ ਤਿਰੰਗੇ ਲਹਿਰਾਏ। ਇਸੇ ਉਪਲਕਸ਼ ਵਿੱਚ ਅੱਜ ਭਾਰਤੀ ਜਨਤਾ ਪਾਰਟੀ ਸਪੋਰਟਸ ਸੈੱਲ ਪੰਜਾਬ ਵੱਲੋਂ ਜ਼ਿਲ੍ਹਾ ਅਧਿਅਕਸ਼ ਸਾਡੇ ਹੁਸ਼ਿਆਰਪੁਰ ਇਕਾਈ ਦੇ ਮੋਹਿਤ ਸੰਧੂ ਜੀ ਦੀ ਅਧਿਅਕਸ਼ਤਾ 'ਚ ਅੱਜ ਜਿਹਦੇ ਵਿੱਚ ਸਾਡੇ ਮਾਨਣੀ ਰਾਸ਼ਟਰੀ ਨੇਤਾ ਅਵਿਨਾਸ਼ ਰਾਏ ਖੰਨਾ ਜੀ ਵਿਸ਼ੇਸ਼ ਤੌਰ 'ਤੇ ਉਪਸਥਿਤ ਹੋਏ, ਅਸੀਂ ਇਹ ਤਿਰੰਗਾ ਯਾਤਰਾ ਕੱਢੀ ਜੋ ਕਿ ਸ਼ਹੀਦੀ ਸਮਾਰਕ ਤੋਂ ਸ਼ੁਰੂ ਹੋ ਕੇ ਅਲੱਗ ਅਲੱਗ ਬਾਜ਼ਾਰਾਂ 'ਚ ਹੋ ਕੇ ਫਰੀਡਮ ਫਾਈਟਰ ਗੈਲਰੀ 'ਤੇ ਆ ਕੇ ਸਮਾਪਤ ਹੋਈ ਆ। ਮੈਂ ਸਾਰੇ ਦੇਸ਼ ਵਾਸੀਆਂ ਨੂੰ 75ਵੇਂ ਸੁਤੰਤਰਤਾ ਦਿਵਸ 'ਤੇ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਔਰ ਸਾਰੇ ਹਿੰਦੁਸਤਾਨੀਆਂ ਨੂੰ ਆਹਵਾਨ ਕਰਦਾ ਜਿੱਥੇ ਵੀ ਰਹਿੰਦੇ ਆ ਕਿ ਉਹ ਆਪਣੇ ਆਪਣੇ ਘਰਾਂ 'ਤੇ ਤਿਰੰਗਾ ਝੰਡਾ ਲਾਉਣ ਔਰ ਮੇਰਾ ਦੇਸ਼ ਇੱਦਾਂ ਹੀ ਵਾਧਾ ਫੁੱਲਦਾ ਰਹੇ। ਅੱਜ ਹੁਸ਼ਿਆਰਪੁਰ ਦੇ ਵਿੱਚ ਯੁਵਾਵਾਂ ਨੇ ਇਕੱਠੇ ਹੋ ਕੇ ਤਿਰੰਗਾ ਯਾਤਰਾ ਕੱਢੀ ਹੈ। ਹਜ਼ਾਰਾਂ ਦੀ ਸੰਖਿਆ ਦੇ ਵਿੱਚ ਯੁਵਾ ਭਾਰਤ ਮਾਤੇ ਨਾਅਰੇ ਲਾਉਂਦੇ ਹੋਏ ਬੰਦੇ ਮਾਤਰਮ ਕਰਦੇ ਹੋਏ ਮਾਰਟੀਅਰਸ ਗੈਲਰੀ ਤੋਂ ਸ਼ਹੀਦਾਂ ਦੀ ਗੈਲਰੀ ਤੋਂ ਸ਼ਹਿਰ ਦਾ ਚੱਕਰ ਲਾ ਕੇ ਅੱਜ ਫਰੀਡਮ ਫਾਈਟਰ ਗੈਲਰੀ 'ਚ ਪਹੁੰਚੇ ਨੇ। ਇੱਥੇ ਸਮਾਰੋਹ ਹੋਇਆ, ਇੱਥੇ ਇਸ ਯਾਤਰਾ ਦੀ ਕਲੋਜ਼ਿੰਗ ਹੋਈ ਹੈ।
मैं समझदा कि देश के प्रधानमंत्री जी ने जिहड़ा अमृत महोत्सव से 75 वर्ष पूरे होने वाले ने आजादी के घर घर तिरंगा फहराना और ये यात्रावां कढ़वाना, मैं समझदा इहदे नाल एक देशभक्ति की लहर जिहड़ी है फिर दुबारा चली है। और खुशी की गल है कि बहुत सारिया पार्टियां ने भी पार्टी पॉलिटिक्स तो उपर उठ के इन्हां यात्रावां का स्वागत किया और यात्रावां कढ़ियां ने और घर घर तंगा लहराया है। और अज मैं पढ़ रहा सी कि एक मस्जिद दे विच राष्ट्रगान होया, तिरंगा फहराया गया, उस तो बाद नमाज हुई। एक ऐसा संदेश है भाईचारे का देशभक्ति का जिसने सारे देश नूं फिर एक बारी एक सूत्र च पुरो के रखता है। और ये लहर जिहड़ी है मैं समझदा कि जदों असीं 75 साल पूरे होने तो बाद मनावांगे देश दे विच एक अलग तरह का जिहड़ा है नज़ारा देखने मिलेगा। मैं देखिया कि छोटे छोटे संस्थावां वालों भी जगह तो भी मैसेज आ रहे हैं कि असी 15 अगस्त जी है वो धूमधाम मनानी है तो जरूर शामिल हो। सो मेरे देशवासियों 15 अगस्त की एडवांस बधाई दिता हो, बेनती करदा कि तुसी 15 अगस्त का उस प्रोग्राम भी बड़े उत्साह ते चाना मना।